ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂ ਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਹਰ ਐਤਵਾਰ ਨੂੰ ਜੱਤ ਸਾਂਝੇ ਮਸਲੇ ਇਸ ਪ੍ਰੋਗਰਾਮ ਦੇ ਤਹਿਤ ਆਉਂਦੇ ਆ ਤਾਂ ਮਸਲੇ ਭਾਵੇਂ ਕੌਮੀ ਹੋਣ ਭਾਵੇਂ ਮਸਲੇ ਸਿਆਸੀ ਹੋਣ ਇਸ ਮੰਚ ਦੇ ਉੱਤੇ ਸਾਰੇ ਮਸਲਿਆਂ ਦੀ ਗੱਲ ਹੁੰਦੀ ਹੈ ਐਆਰਆਈ ਜਿਹੜੇ ਨੇ ਜਿਹੜਾ ਸਿੱਖ ਡਾਇਸਪੋਰਾ ਉਹ ਆਖਿਰਕਾਰ ਚਾਹੁੰਦਾ ਕੀ ਹੈ ਉਹਦੇ ਮਸਲੇ ਕੀ ਹਨ ਅੱਜ ਇਸ ਸਾਂਝੇ ਮਸਲੇ ਦੇ ਤਹਿਤ ਇਹ ਸਾਰੇ ਸਵਾਲ ਪੁੱਛੇ ਜਾਣਗੇ ਅੱਜ ਦੇ ਮੇਰੇ ਖਾਸ ਮਹਿਮਾਨ ਨੇ ਇਸ ਪ੍ਰੋਗਰਾਮ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਤੋਂ ਬਕਾਇਦਾ ਅੱਜ ਇੱਥੇ ਸਾਡੇ ਨਾਲ ਤਸ਼ਰੀਫ ਫਰਮਾਨ ਨੇ ਨਿਊਯਾਰਕ ਦੀ ਧਰਤੀ ਦੇ ਉੱਤੇ ਸੱਤ ਸਮੁੰਦਰ ਪਾਰ ਆਏ ਹੋਏ ਨੇ ਔਰ ਨਿਊਯਾਰਕ ਦੇ ਵਿੱਚ ਕੀ ਕੁਝ ਸੁਨੇਹਾ ਲੈ ਕੇ ਆਏ ਨੇ ਔਰ ਜਿਹੜੇ ਇੱਥੇ ਦੇ ਸਿੱਖ ਡਾਇਸਪੋਰਾ ਦੇ ਮਸਲੇ ਹਨ ਉਹ ਭਾਰਤ ਕੀ ਲੈ ਕੇ ਜਾਣਗੇ ਇਸ ਦੇ ਉੱਤੇ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਮੈਂ ਤੁਹਾਨੂੰ ਜਥੇਦਾਰ ਕਹਾਂ ਕਿ ਐਕਟਿੰਗ ਜਥੇਦਾਰ ਕਹਾਂ ਜਾਂ ਮੈਂ ਤੁਹਾਨੂੰ ਕੀ ਕਹਾਂ ਸੀ ਸੇਵਾਦਾਰ ਕੋ ਤਾਂ ਮੈਂ ਸਮਝਦਾ ਬਹੁਤ ਬਿਹਤਰ ਹੈ ਮੇਰੀ ਪ੍ਰੀਤ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਦੇ ਸੇਵਾਦਾਰ ਹੋਣਾ ਜਿਹੜਾ ਬੜੇ ਮਾਨ ਵਾਲੀ ਗੱਲ ਹੈ ਕਿਹਾ ਜਾਂਦਾ ਹੈ ਕਿ ਤੁਸੀਂ ਐਕਟਿੰਗ ਜਥੇਦਾਰ ਹੋ ਤੇ ਫਿਰ ਅਸਲ ਦੇ ਵਿੱਚ ਜਥੇਦਾਰ ਕੌਣ ਹੈ ਆ ਦੇਖੋ ਤਖਸ਼ੀਦੀ ਦਮਦਮਾ ਸਾਹਿਬ ਜਿਹੜੇ ਹੈਗੇ ਨੇ ਮੈਂ ਉੱਥੋਂ ਦੇ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਾਂ ਤੇ ਇਹਦੇ ਨਾਲ ਨਾਲ ਐਕਟਿੰਗ ਜਥੇਦਾਰ ਵਜੋਂ ਵੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਕੰਮਕਾਜ ਹੈ ਕਾਰਜ ਹੈ ਉਹ ਦੇਖ ਰਿਹਾ ਹਾਂ ਗਣਜੀ ਕਈ ਸਾਰੇ ਸਵਾਲ ਨੇ ਉਹਨਾਂ ਦੇ ਉੱਤੇ ਸੀ ਜ਼ਰੂਰ ਚਾਹਨਾ ਪਾਵਾਂ ਪਾਵਾਂਗੇ ਸਭ ਤੋਂ ਪਹਿਲਾਂ ਤੇ ਜਦ ਗੱਲ ਹੁੰਦੀ ਹੈ ਬਹਿਬਲ ਕਲਾ ਗੋਲੀकांड ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀਆਂ ਮਾਮਲਿਆਂ ਦੀ ਗੱਲ ਕਰੀਏ ਜਾਂ ਫਿਰ ਕਿਸਾਨੀ ਸੰਘਰਸ਼ ਦੀ ਕਰ ਲਈਏ ਅੱਜ ਇਸ ਦੇ ਮੁਤਲਕ ਸਾਡੀ ਗੱਲਬਾਤ ਹੋਏਗੀ ਮੈਂ ਸਭ ਤੋਂ ਪਹਿਲਾਂ ਸਵਾਲ ਲੈਣਾ ਚਾਹਨਾ ਜਦ ਬਹਿਬਲ ਕਲਾ ਗੋਲੀकांड ਹੋਇਆ ਔਰ ਉਹਦੇ ਜਿਹੜੀ ਰਿਪੋਰਟ ਆ ਹਾਲ ਫਿਲਹਾਲ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਜਾਰੀ ਕਰਦੇ ਨੇ ਉਹਦੇ ਵਿੱਚ ਬਕਾਇਦਾ ਉਹ ਸਪਸ਼ਟੀਕਰਨ ਦਿੰਦੇ ਨੇ ਇਮਾਨਦਾਰੀ ਨਾਲ ਲਿਖਦੇ ਨੇ ਇਹਦੇ ਵਿੱਚ ਬਾਦਲਾਂ ਦਾ ਹੱਥ ਹੈਗਾ ਔਰ ਉਹ ਜਿਹੜੀ ਰਿਪੋਰਟ ਹੈ ਉਹ ਤਲਬ ਕਰ ਦਿੱਤੀ ਜਾਂਦੀ ਹੈ ਅਕਾਲ ਤਖਸਾਹਬ ਵੱਲੋਂ ਇੱਕ ਵੀ ਉਹਨਾਂ ਦੇ ਸਹਿਯੋਗ ਦੇ ਵਿੱਚ ਸਪੋਰਟ ਦੇ ਵਿੱਚ ਕੋਈ ਨਹੀਂ ਗੱਲ ਕੀਤੀ ਜਾਂਦੀ ਕੋਈ ਬਿਆਨ ਵੀ ਨਹੀਂ ਦਿੱਤਾ ਜਾਂਦਾ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਦੇਖੋ ਜਿਹੜਾ ਬਾਬਲ ਕਲਾਂ ਵਿਖੇ ਗੋਲੀ ਕਾਂਡ ਹੋਇਆ ਮੈਂ ਸਮਝਦਾ ਕਿ ਉਹਦੇ ਤੇ ਹੁਣ ਤੱਕ ਰਾਜਨੀਤੀ ਹੀ ਹੋਈ ਹੈ ਤੇ ਰਾਜਨੀਤੀ ਹੀ ਹੋਈ ਹੈ ਤੇ ਜਿੱਥੇ ਰਾਜਨੀਤੀ ਹੋ ਰਹੀ ਹੋਵੇ ਜਿੱਥੇ ਰਾਜਨੀਤੀ ਹੋਈ ਹੋਵੇ ਉੱਥੇ ਕੁਝ ਕਹਿਣ ਸੋਣ ਨੂੰ ਜਿਹੜਾ ਹੈ ਉਹ ਬਾਕੀ ਬਚਦਾ ਨਹੀਂ ਹੈ ਇਹਨੂੰ ਸਾਰੇ ਨੂੰ ਜਿਹੜਾ ਇੱਕ ਗੰਦੀ ਸਿਆਸੀ ਖੇਡ ਖੇਡਣ ਲਈ ਇੱਕ ਐਸ ਮੁੱਦੇ ਵਜੋਂ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਜਦ ਕਿ ਦੋਸ਼ੀ ਜਿਹੜੇ ਹੈ ਅਜੇ ਵੀ ਪਰਦੇ ਦੇ ਹੌਲੇ ਲੁਕੇ ਹੋਏ ਨੇ ਬੇਨਕਾਬ ਨਹੀਂ ਹੋਏ ਐ ਔਰ ਅਸੀਂ ਹਮੇਸ਼ਾ ਹੀ ਇਹ ਗੱਲ ਕਹੀ ਹੈ ਕਿ ਦੋਸ਼ੀ ਜਿਹੜੇ ਹੈ ਉਹ ਬੇਨਕਾਬ ਹੋਣੇ ਚਾਹੀਦੇ ਨੇ ਤੇ ਜਿਹੜੇ ਵੀ ਦੋਸ਼ੀ ਹਨ ਉਹਨਾਂ ਦੇ ਖਿਲਾਫ ਪੂਰੇ ਤੱਤ ਫੈਕਟਾਦਕ ਜਿਹੜੇ ਹੈ ਮੌਜੂਦ ਹੋਣ ਤੇ ਅਸੀਂ ਅਦਾਲਤ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਵੀ ਦਿਵਾ ਸਕੀਏ ਸਾਰਾ ਐਨਆਰਆਈ ਭਾਈਚਾਰਾ ਕਹਿੰਦਾ ਕਿ ਕੁਵਰ ਵਿਜੇ ਪ੍ਰਤਾਪ ਨੇ ਨਿਰਪੱਖ ਜਾਂਚ ਕੀਤੀ ਔਰ ਆਪਣੀ ਰਿਪੋਰਟ ਰੱਖੀ ਅਕਾਲ ਤਖਤ ਸਾਹਿਬ ਨੇ ਇੱਕ ਵਾਰੀ ਗੱਲ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹ ਤੇ ਕੌਮ ਦਾ ਮਾਮਲਾ ਨਾ ਜੀ ਕੌਮੀ ਮਾਮਲਾ ਹੈ ਗੁਰੂ ਕਰਨ ਸਾਹਿਬ ਜੀ ਦੇ ਬੇਦਬੀ ਹੋਏ ਔਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਵਾਰੀ ਵੀ ਰਾਬਤਾ ਨਾ ਕਰੇ ਕੁਵਰ ਵਿਜੇ ਪ੍ਰਤਾਪ ਦੇ ਨਾਲ ਇਹ ਗੱਲ ਸਮਝ ਨਹੀਂ ਆਉਂਦੀ ਐ ਐਨਆਰਆਈ ਭਰਾਵੋ ਦੇਖੋ ਸਾਡਾ ਕੁਮਰ ਵਿਜੇ ਪ੍ਰਤਾਪ ਨਾਲ ਗੱਲ ਇਹ ਤੋਂ ਕੰਨੀ ਬਣਦੀ ਹੈ ਇਹਦੀ ਪਰ ਜੇ ਉਹਨਾਂ ਨੇ ਰਿਪੋਰਟ ਜਿਹੜੀ ਹੈ ਫੈਕਟ ਦੇ ਸਹਤ ਤੱਥਾਂ ਦੇ ਸਹਤ ਤਿਆਰ ਕੀਤੀ ਹੁੰਦੀ ਤੇ ਮੈਨੂੰ ਨਹੀਂ ਲੱਗਦਾ ਸੀ ਕਿ ਹਾਈ ਕੋਰਟ ਦੇ ਵਿੱਚ ਉਹ ਰੱਦ ਹੁੰਦੀ ਆ ਇਹ ਵੀ ਕਿਤੇ ਕਮੀ ਜਿਹੜੀ ਹੈ ਉਹ ਰਹੀ ਹੈ ਤੇ ਇਸੇ ਕਾਰਨ ਜਿਹੜਾ ਉਹ ਰਿਪੋਰਟ ਜਿਹੜੀ ਹੈ ਉਹ ਰੱਦ ਹੋ ਗਈ ਹੈ ਤੇ ਉਹ ਕਮੀਆਂ ਜਿਹੜੀਆਂ ਉਹ ਦੇਖਣੀਆਂ ਚਾਹੀਦੀਆਂ ਕਿਹਾ ਜਾਂਦਾ ਕਿ ਜਿਹੜਾ ਕਾਲ ਤਖਸਾਲ ਦਾ ਜੱਥੇਦਾਰ ਹੈ ਉਹ ਸਿਰਫ ਬਾਦਲ ਪਰਵਾਰ ਦੇ ਹੀ ਲਿਫਾਫੇ ਤੋਂ ਨਿਕਲਦਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਉਸੇ ਲਿਫਾਫੇ ਤੋਂ ਨਿਕਲੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਦੇਖੋ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਤੇ 1920 ਤੋਂ ਹੀ ਜਿਹੜਾ ਹੈ ਜਥੇਦਾਰ ਦੀ ਨਿਯੁਕਤੀ ਅਧਿਕਾਰ ਦਾ ਅਧਿਕਾਰ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਤੇ ਉਹ ਕਰਦੀ ਆ ਰਹੀ ਹੈ 100 ਸਾਲ ਤੋਂ ਕਰਦੀ ਆ ਰਹੀ ਹੈ ਕਿ ਇਸ ਕਰਕੇ ਇਸ ਤਰ੍ਹਾਂ ਦੀ ਗੱਲਬਾਤ ਸੋਚਣਾ ਜਿਹੜਾ ਹੈ ਉਹ ਮੈਂ ਸਮਝਦਾ ਵੀ ਠੀਕ ਨਹੀਂ ਹੈ ਕਿਉਂਕਿ ਮੈਂ ਜਦੋਂ ਤੱਕ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ ਸੰਭਾਲੀ ਹੈ ਤੇ ਮੇਰੇ ਤੱਕ ਕਿਸੇ ਵੀ ਪੋਲੀਟੀਕਲ ਬੰਦੇ ਨਾਲ ਕੋਈ ਸਾਝ ਨਹੀਂ ਸੀ ਇਸ ਕਰਕੇ ਕਹਿਣਾ ਜਿਹੜਾ ਠੀਕ ਨਹੀਂ ਡੇਰਾ ਡੇਰੇ ਸੋਦ ਦੀ ਬਾਬੇ ਦੀ ਗੱਲ ਕਰੀਏ ਬਾਬੇ ਰਾਮ ਰਹੀਮ ਦੀ ਗਿਆਨੀ ਗੁਰਪਤਨ ਜੀ ਗੁਰਬਚਨ ਸਿੰਘ ਇਸ ਤੋਂ ਪਹਿਲਾਂ ਜਿਹੜੇ ਜੱਥੇਦਾਰ ਸੀਗੇ ਉਹ ਉਹਨੂੰ ਮਾਫੀ ਦੇ ਮਾਫੀ ਜਿਹੜੀ ਹੈ ਦੇ ਦਿੰਦੇ ਆ ਔਰ ਉਸ ਤੋਂ ਬਾਅਦ ਫਿਰ 10 ਦਿਨਾਂ ਬਾਅਦ ਚਿੱਠੀ ਲਿਖੀ ਜਾਂਦੀ ਕਿ ਅਸੀਂ ਮਾਫੀ ਵਾਪਸ ਲੈ ਲਈ ਤੇ ਸਪਸ਼ਟੀਕਰਨ ਨਹੀਂ ਮੰਗਿਆ ਗਿਆ ਅੱਜ ਤੱਕ ਤੁਸੀਂ ਉਹਨਾਂ ਨੂੰ ਇੱਕ ਵਾਰੀ ਵੀ ਤਲਾਬ ਨਹੀਂ ਕੀਤਾ ਕਿ ਤੁਸੀਂ ਉਸ ਟਾਈਮ ਜਿਹੜੀ ਮਾਫੀ ਉਹਨਾਂ ਨੂੰ ਦਿੱਤੀ ਸੀ ਕਿਸ ਕਾਰਨਾਂ ਦਿੱਤੀ ਸੀਗੀ ਕੀ ਪੋਲਿਟੀਕਲ ਪ੍ਰੈਸ਼ਰ ਸੀਗਾ ਉਹਨਾਂ ਦੇ ਉੱਤੇ ਦੇਖੋ ਉਹਨਾਂ ਨੇ ਮਾਫੀ ਦਿੱਤੀ ਬਿਲਕੁਲ ਸਿੱਖ ਪਾਵਨਾਵਾਂ ਦੇ ਉਹ ਤਰਜ਼ਮਾਨੀ ਨਹੀਂ ਸੀ ਕਰਦੀ ਮਾਫੀ ਜਾਂ ਫੈਸਲਾ ਤੇ 10 ਦਿਨਾਂ ਬਾਅਦ ਹੀ ਪੰਥ ਸਿੰਘ ਸਹਿਬਾਨ ਵੱਲੋਂ ਜਿਹੜਾ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ ਜਿਹੜਾ ਮਤਾ ਰੱਦ ਕਰਨ ਦੇ ਬੱਤ ਲਿਖਿਆ ਗਿਆ ਉਹਦੇ ਵਿੱਚ ਇਹੋ ਲਿਖਿਆ ਗਿਆ ਕਿ ਉਹ ਸਿੱਖ ਪਾਵਨਾਵਾਂ ਦੀ ਤਰਜ਼ਮਾਨੀ ਜਿਹੜੀ ਆ ਉਹ ਨਹੀਂ ਕਰਦੀ ਸੀ ਇਸ ਕਰਕੇ ਅਸੀਂ ਉਹਨੂੰ ਜਿਹੜਾ ਹੈ ਉਹ ਵਾਪਸ ਲੈਨੇ ਆ ਬਾਕੀ ਉਹਨਾਂ ਨੇ ਕਿਉਂ ਦਿੱਤੀ ਕੀ ਦਿੱਤੀ ਇਹਦੇ ਬਾਰੇ ਤਾਂ ਮੇਰੇ ਖਿਆਲ ਸਹੀ ਮੈਂਨਾਂ ਚ ਉਹ ਹੀ ਦੱਸ ਸਕਦੇ ਹਾਂ ਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਪਰ ਤੁਸੀਂ ਐਕਟਿੰਗ ਜਥੇਦਾਰ ਹੋ ਤੁਸੀਂ ਤੁਹਾਡੇ ਕੋਲ ਪਾਵਰਸ ਨੇ ਤੁਸੀਂ ਇੱਕ ਵਾਰੀ ਉਹਨਾਂ ਨੂੰ ਪੁੱਛ ਸਕਦੇ ਸੀ ਬੁਲਾ ਕੇ ਕਿ ਭਈ ਤੁਸੀਂ ਉਸ ਟਾਈਮ ਇਹ ਫੈਸਲਾ ਲਿੱਤਾ ਕਿਉਂ ਲਿੱਤਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਐ ਸਿੱਖਾਂ ਦੇ ਮਨਾਂ ਦੇ ਵਿੱਚ ਰੋਸ਼ ਹੈ ਕਿ ਬਾਬਾ ਰਾਮ ਰਹੀਨ ਨੂੰ ਜਿਹੜੀ ਐ ਕਿਉਂ ਦਿੱਤੀ ਗਈ ਮਾਫੀ ਉਹ ਫੈਸਲਾ ਜਿਹੜਾ ਕੋਈ ਇੱਕ ਜਥੇਦਾਰ ਨੇ ਨਹੀਂ ਬਲਕਿ ਪੰਜ ਜਥੇਦਾਰ ਜਿਹੜੇ ਉਸ ਵੇਲੇ ਦੇ ਸੀ ਉਹ ਇਨਵੋਲਵ ਸੀਗੇ ਤੇ ਜਦੋਂ ਮੈਂ ਆਇਆ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲੀ ਐ ਤਾਂ ਹਮੇਸ਼ਾ ਹੀ ਮੈਂ মিডিਏ ਦੇ ਵਿੱਚ ਇਹੋ ਹੀ ਗੱਲ ਕਹੀ ਹੈ ਕਿ ਉਹ ਜਿਹੜਾ ਫੈਸਲਾ ਹੋਇਆ ਉਹ ਬਿਲਕੁਲ ਗਲਤ ਹੋਇਆ ਔਰ ਅੱਜ ਵੀ ਉਸ ਦੇ ਉੱਤੇ ਮੈਂ ਕਾਇਮ ਹਾਂ ਕੋਈ ਦੂਰਾ ਮਾਨ ਨਹੀਂ ਗਿਆ ਕਿ ਇਹ ਜਿਹੜਾ ਹੈਗਾ ਫੈਸਲਾ ਜਿਹੜਾ ਠੀਕ ਹੋਇਆ ਸਿੱਖ ਡਾਇਸਪੋਰਾ ਜਦੋਂ ਡਾਣਾ ਚਾਹੁੰਦਾ ਕਿ ਝੂਠੇ ਮੁਕਾਬਲਿਆਂ ਦੇ ਵਿੱਚ ਕਿੰਨੀ ਵਾਰ ਸੁਮੇਤ ਸ਼ੈਣੀ ਦਾ ਨਾਮ ਆਇਆ ਸਿੱਖ ਕੌਮ ਦਾ ਕਹਾਣ ਕਰ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੂੰ ਚਿੱਠੀ ਵੀ ਨਹੀਂ ਲਿਖੀ ਮੈਂ ਜਦੋਂ ਤਖਸ਼ੀ ਦਮਦਮਾ ਸਾਹਿਬ ਦੀ ਸੇਵਾ ਸੰਭਾਲੀ ਹੈ ਉਸ ਵਕਤ ਅਕਾਲੀ ਸਰਕਾਰ ਜਿਹੜੀ ਹੈ ਉਹ ਜਾ ਚੁੱਕੀ ਸੀ ਔਰ ਸੁਮੇਤ ਸੈਣੀ ਵੀ ਜਿਹੜਾ ਹੈ ਉਹ ਹਟ ਚੁੱਕਿਆ ਸੀ ਜਿਸ ਵਕਤ ਉਹ ਡੀਜੀਪੀ ਸੀ ਪੰਜਾਬ ਦਾ ਜਾਂ ਅਕਾਲੀ ਗਵਰਨਮੈਂਟ ਸੀ ਉਸ ਵੇਲੇ ਜਿਹੜੇ ਜਥੇਦਾਰ ਸੀ ਉਹਨਾਂ ਨੇ ਕੋਈ ਸਟੇਟਮੈਂਟ ਇਸ ਤਰ੍ਹਾਂ ਦੀ ਦਿੱਤੀ ਨਹੀਂ ਦਿੱਤੀ ਉਹਦਾ ਮੈਨੂੰ ਨਹੀਂ ਪਤਾ ਪਰ ਮੈਂ ਹੁਣ ਵੀ ਤੇ ਬਤੌਰ ਸੇਵਾਦਾਰ ਸੇਵਾ ਨਿਭਾਉਣ ਤੋਂ ਪਹਿਲੋ ਵੀ ਮੈਂ ਹਮੇਸ਼ਾ ਇਹ ਕਹਿੰਦਾ ਆਂ ਕਿ ਜਿਨ੍ਹਾਂ ਨੇ ਵੀ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੂੰ ਮਾਰਿਆ ਕੋਕੋ ਕੀ ਮਾਰਿਆ ਉਹ ਮਹਾਪਾਪੀ ਮਹਾ ਹਤਿਆਰੇ ਜਿਨ੍ਹਾਂ ਨੂੰ ਕਿਸੇ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਔਰ ਜੇ ਦੁਨੀਆਵੀ ਅਦਾਲਤਾਂ ਚ ਉਹ ਬਚ ਗਏ ਨੇ ਤੇ ਅਕਾਲ ਪੁਰਖ ਉਹਨਾਂ ਨੂੰ ਜ਼ਰੂਰ ਸਜ਼ਾ ਦੇਊਗਾ ਸਾਡੇ ਜੀ ਪੀਸੀ ਦੀ ਚਾਬੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਤੋਂ ਨਿਕਲਦੀ ਐ ਜੋ ਉਹਨਾਂ ਨੇ ਹੁਕਮ ਦਿੱਤਾ ਉਹ ਤੁਹਾਨੂੰ ਮੰਨਣਾ ਪੈਂਦਾ ਉਹਨਾਂ ਦਾ ਹੁਕਮ ਹੀ ਸਰ ਮੱਥੇ ਆ ਅਕਾਲ ਤਖਤ ਸਾਹਿਬ ਜਥੇਦਾਰ ਦੀ ਕੋਈ ਨਹੀਂ ਚੱਲਦੀ ਮੈਂ 4 ਮਈ 1920 2017 ਨੂੰ ਦਮਦਮਾ ਸਾਹਿਬ ਦੀ ਸੇਵਾ ਸੰਭਾਲੀ ਹੈ ਔਰ ਮੇਰਾ ਖਿਆਲ 30 ਅਕਤੂਬਰ 2018 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ ਹੈ ਇਸ ਕਾਰਜਕਾਲ ਦੌਰਾਨ ਮੈਨੂੰ ਤਾਂ ਕਦੇ ਕੋਈ ਹੁਕਮ ਕਿਸੇ ਦਾ ਵੀ ਨਹੀਂ ਆਇਆ ਨਾ ਕਿਸੇ ਨੇ ਮੈਨੂੰ ਹੁਕਮ ਦਿੱਤਾ ਹੈਗਾ ਤੇ ਨਾ ਹੀ ਐਸਾ ਕੋਈ ਹੁਕਮ ਜਿਹਦੇ ਚ ਪੰਥਕ ਭਾਵਨਾਵਾਂ ਦੀ ਗੱਲ ਨਾ ਹੋਵੇ ਮੈਂ ਮੰਨਣਾ ਹੈ ਪੰਥਕ ਮਾਮਲੇ ਤੋਂ ਯਾਦ ਆਉਂਦਾ ਮੈਨੂੰ ਤੁਹਾਨੂੰ ਕੀ ਲੱਗਦਾ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਪੰਥਕ ਇਸ਼ੂ ਹੈ ਜਾਂ ਫਿਰ ਉਹ ਕੋਈ ਵੱਖਰਾ ਇਸ਼ੂ ਹੈਗਾ ਦੇਖੋ ਕਿਸਾਨੀ ਸੰਘਰਸ਼ ਜਿਹੜਾ ਹੈ ਉਹ ਬੇਸ਼ੱਕ ਕਿਸਾਨੀ ਮੁੱਦੇ ਨਾਲ ਜੁੜਿਆ ਹੈ ਔਰ ਅਸੀਂ ਹਮੇਸ਼ਾ ਹੀ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਸਭ ਤੋਂ ਪਹਿਲਾਂ ਦੀਵਾਲੀ ਵਾਲੇ ਦਿਨ ਜੋ ਗੁਰਦੁਆਰਾ ਸੌਰੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਦਰਸ਼ਨੀ ਡੋੜੀ ਤੋਂ ਸੰਦੇਸ਼ ਹੁੰਦਾ ਹੈ ਲਿਨੂ ਆਪਾਂ ਦੀਵਾਲੀ ਮੰਦੇ ਕੀ ਬੰਦੀ ਛੋੜਦੇ ਵਸ ਮੰਦੀ ਛੋੜਦੇ ਫਸ ਕਹ ਲੋ ਤੁਸੀਂ ਤਾਂ ਉਸ ਵਕਤ ਜਿਹੜਾ ਸੰਦੇਸ਼ ਹੁੰਦਾ ਮਾ ਆਪਣਾ ਦਰਸ਼ਨੀ ਡੋਰੀ ਤੋਂ ਤਾਂ ਉਹਦੇ ਵਿੱਚ ਅਸੀਂ ਇਹ ਅਪੀਲ ਕੀਤੀ ਸੀ ਸਾਰੀਆਂ ਸਿੱਖ ਸੰਸਥਾਵਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਔਰ ਸਾਰੇ ਸਿੱਖਾਂ ਨੂੰ ਔਰ ਕਿਹਾ ਸੀ ਕਿ ਕਿਸਾਨੀ ਜਿਹੜੀ ਹੈ ਸਾਡੀ ਰੀੜ ਦੀ ਹੱਡੀ ਹੈ ਤਾਂ ਇਸ ਦੀ ਬਚਾਅ ਵਾਸਤੇ ਹਰ ਸਿੱਖ ਸੰਸਥਾ ਹਰ ਸਿੱਖ ਯੋਗਦਾਨ ਪਾਵੇ ਆ ਭਾਵੇਂ ਇਹ ਕਿਸਾਨੀ ਸੰਘਰਸ਼ ਜਿਹੜਾ ਹੈ ਉਹ ਨਰੋਲ ਕਿਸਾਨੀ ਮਸਲਾ ਹੈ ਪਰ ਕਿਉਂਕਿ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਇਸ ਸੰਘਰਸ਼ ਦੇ ਵਿੱਚ ਮਹਰੀ ਭੂਮਿਕਾ ਦਾ ਕਰ ਰਹੇ ਆ ਔਰ ਪੰਜਾਬ ਦੇ ਕਿਸਾਨ ਵੱਡੀ ਤਦਾਦ ਵਿੱਚ ਸਿੱਖ ਨੇ ਇਸ ਕਰਕੇ ਸਾਡੀਆਂ ਸੰਸਥਾਵਾਂ ਦਾ ਸਾਡੇ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕਿਸਾਨਾਂ ਦੀ ਡਟ ਕੇ ਮਦਦ ਕਰੀਏ ਔਰ ਸਾਡੀਆਂ ਸੰਸਥਾਵਾਂ ਮੈਨੂੰ ਖੁਸ਼ੀ ਹੈ ਕਿ ਸਾਡੀਆਂ ਸੰਸਥਾਵਾਂ ਸਾਡੇ ਸਿੱਖ ਕਿਸਾਨਾਂ ਦੀ ਮਦਦ ਜਿਹੜੇ ਆ ਉਹ ਲਗਾਤਾਰ ਕਰ ਰਹੇ ਹਨ ਯਾਨੀ ਹਰਪ੍ਰੀਤ ਸਿੰਘ ਜੀ ਕਿਸਾਨਾਂ ਦੀ ਮਦਦ ਤਾਂ ਕਰਨਾ ਚਾਹੁੰਦੇ ਆ ਔਰ ਕਿਸਾਨਾਂ ਲਈ ਸੁਨੇਹਾ ਵੀ ਤੁਸੀਂ ਦਿੱਤਾ ਲੇਕਿਨ ਖੁਦ ਆਪ ਸਿੰਘੂ ਬਾਰਡਰ ਨਹੀਂ ਪਹੁੰਚੇ ਔਰ ਸੁਨੇਹਾ ਦੇਣਾ ਔਰ ਆਪ ਪਹੁੰਚਣਾ ਐਕਸ਼ਨਸ ਜਿਹੜਾ ਹੈਗੇ ਉਹ ਤੁਹਾਡੇ ਨਹੀਂ ਦਿਸੇ ਅ ਜਿਹੜੀ ਸਰਕਾਰ ਹੈ ਨਾ ਜੀ ਉਨੇ ਇਸ ਕਿਸਾਨੀ ਸੰਘਰਸ਼ ਨੂੰ ਸਿੱਖ ਸੰਘਰਸ਼ ਬਣਾਉਣ ਦੇ ਯਤਨ ਜਿਹੜੇ ਆ ਉਹ ਬਹੁਤ ਕੀਤੇ ਕਿ ਇਹ ਸਿੱਖ ਸੰਘਰਸ਼ ਬਣ ਜੇ ਔਰ ਸਿੱਖ ਸੰਘਰਸ਼ ਜਦੋਂ ਬਣ ਜਾਂਦਾ ਤੇ ਫਿਰ ਅਸੀਂ ਇਸ ਨੂੰ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਇੱਕ ਕੌਮ ਦਾ ਇੱਕ ਸਿੱਖਾਂ ਦਾ ਜਾਂ ਖਾਲਸਪਨੀਆਂ ਦਾ ਸੰਘਰਸ਼ ਕਹਿ ਕੇ ਤੁਸੀਂ ਮੰਨਦੇ ਹੋ ਹਿੰਦੁਸਤਾਨ ਇਹਨੂੰ ਹਿੰਦੁਸਤਾਨ ਕਹਿੰਦੇ ਭਾਰਤ ਹੈ ਹਿੰਦੁਸਤਾਨ ਗੁਰਬਾਣੀ ਚ ਵੀ ਹਿੰਦੁਸਤਾਨ ਹੀ ਹੁੰਦਾ ਹੈ ਹਿੰਦੁਸਤਾਨ ਸੰਭਾਲ ਸੀ ਬੋਲਾ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਤੇ ਉਹ ਜਿਹੜੀ ਸਰਕਾਰ ਹੈ ਇਹਨੂੰ ਲੀਹੋਂ ਲਾ ਸਕੇ ਸਰਕਾਰ ਵੀ ਚਾਹੁੰਦੀ ਹੈ ਕਿ ਸਾਡੇ ਵਰਗੇ ਧਾਰਮਿਕ ਲੋਕ ਉੱਥੇ ਜਾਣ ਧਰਮ ਦੀਆਂ ਗੱਲਾਂ ਕਰਨ ਤੇ ਅਸੀਂ ਹਿੰਦੁਸਤਾਨ ਭਰ ਚਾਹੀਏ ਕਿ ਕਿਸਾਨਾਂ ਦਾ ਸੰਘਰਸ਼ ਨਹੀਂ ਹੈ ਤਾਂ ਸਿੱਖਾਂ ਦਾ ਸੰਘਰਸ਼ ਹੈ ਇਹ ਤਾਂ ਕੁਝ ਹੋਰ ਹੀ ਕਰਨਾ ਚਾਹੁੰਦੇ ਨੇ ਕਿਸਾਨੀ ਦੀ ਆੜ ਚ ਇਸ ਕਰਕੇ ਇਸ ਤੋਂ ਭਰੇਜ ਕੀਤਾ ਕਿ ਜੋ ਸਰਕਾਰ ਚਾਹੁੰਦੀ ਆ ਅਸੀਂ ਕਿਉਂ ਕਰਨਾ ਔਰ ਇਹ ਵੀ ਕਿਹਾ ਜਾਂਦਾ ਕਿ ਹਜ ਤੱਕ ਜਥੇਦਾਰ ਸਾਹਿਬ ਨੇ ਕਈ ਸਾਰੀ ਗੱਲਾਂ ਦੇ ਉੱਤੇ ਆਪਣੇ ਬਿਆਨ ਨਹੀਂ ਦਿੱਤੇ ਜ਼ਾਹਰ ਹਾਲਮ ਜੋ ਮੁਖ ਖੱਤਰ ਬਦਲ ਸਾਹਿਬ ਦੇ ਨਾਲ ਲੱਗਿਆ ਹੋਇਆ ਉਹਨੇ ਵੀ ਸਿੱਖ ਕੌਮ ਦਾ ਕਹਾਣ ਕੀਤਾ ਝੂਠੇ ਮੁਕਾਬਲਿਆਂ ਦੇ ਵਿੱਚ ਕਈ ਨੌਜਵਾਨਾਂ ਨੂੰ ਸ਼ਹੀਦ ਕੀਤਾ ਅੱਜ ਤੱਕ ਉਹਦੇ ਲਈ ਤੁਸੀਂ ਕਦੀ ਵੀ ਬਦਲ ਸਾਹਿਬ ਨੂੰ ਚਿੱਠੀ ਨਹੀਂ ਲੱਗੀ ਫਕਰ ਕੌਮ ਤੱਕ ਉਹਨੂੰ ਐਲਾਨਿਆ ਗਿਆ ਤਾਂ ਵੀ ਤੁਸੀਂ ਨਹੀਂ ਬੋਲੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਸੇਵਾ ਸੰਭਾਲੀ ਹੈ ਉਦੋਂ ਅਕਾਲੀ ਸਰਕਾਰ ਜਿਹੜੀ ਆ ਜਾ ਚੁ ਕਿਸੇ ਜਿਹੜਾ ਕੋਈ ਜਿਹਦਾ ਤੁਸੀਂ ਅਫਸਰ ਦਾ ਨਾਮ ਲੈਨੇ ਹੋ ਉਹ ਵੀ ਜਿਹੜਾ ਹੈ ਉਹ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਹੈ ਪਰ ਹੁਣ ਤਾਂ ਨਾਲ ਕੰਮ ਕਰਦਾ ਮੁਖ ਸਕੱਤਰ ਇਹ ਹੁਣ ਤਾਂ ਇਕੱਲੀ ਸਰਕਾਰ ਨਹੀਂ ਨਾ ਹੁਣ ਤਾਂ ਪਤਾ ਨਹੀਂ ਤੁਹਾਨੂੰ ਲੱਗਦਾ ਕਿ ਇਕੱਲੀ ਸਰਕਾਰ ਨੇ ਵਾਕਈ ਤੱਕਾ ਕੀਤਾ ਹੈ ਪੰਜਾਬ ਦੇ ਵਿੱਚ ਵੇਖੋ ਡੇੜਾ ਵੀ ਪੁਲਿਸ ਅਫਸਰ ਚਾਹੀਓ ਜਿਹਦਾ ਤੁਸੀਂ ਨਾਮ ਲੈਨੇ ਹੋ ਕੋਈ ਵੀ ਹੈ ਜਿਨੇ ਵੀ ਸਿੱਖ ਮੁੰਡਿਆਂ ਨੂੰ ਮਾਰਿਆ ਹੈ ਜਾਂ ਬੇਗੁਨਾਹਾਂ ਨੂੰ ਜਿਹੜਾ ਕੁੱਟਿਆ ਹੈ ਜਾਂ ਸਾਡੇ ਨੌਜਵਾਨੀ ਦਾ ਕਾਨ ਕੀਤਾ ਹੈ ਸਾਡੀਆਂ ਬੀਬੀਆਂ ਦੀ ਬੇਪਤੀ ਕੀਤੀ ਹੈ ਅਸੀਂ ਉਹਨੂੰ ਕਿਸੇ ਵੀ ਕੀਮਤ ਉਤੇ ਨਹੀਂ ਬਖ ਸਕਦੇ ਨਹੀਂ ਉਹਨੂੰ ਮਾਫ ਕਰ ਸਕਦੇ ਨਾ ਉਹਨੂੰ ਚੰਗਾ ਕਹਿ ਸਕਦੇ ਕਹਿੰਦਾ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਨਾ ਅਕਾਲੀਆਂ ਬਾਰੇ ਬੋਲਦੇ ਆ ਨਾ ਕਾਂਗਰਸ ਬਾਰੇ ਬੋਲਦੇ ਆ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂਕ ਆ ਕੇ ਗਿਆ ਸੀ ਕਿ ਮੈਂ ਪੰਜਾਬ ਨੂੰ ਕੁਝ ਹਾਲ ਕਰ ਦਾਂਗਾ ਇੱਕ ਵੀ ਮੌਤ ਨਹੀਂ ਹੋਣ ਦੇਵਾਂਗਾ ਕਦੀ ਗਿਆਨੀ ਜੱਥੇਦਾਰ ਹਵਾਰਾ ਜੀ ਗਿਆਨੀ ਹਰਪ੍ਰੀਤ ਸਿੰਘ ਹੋਰ ਵੱਲੋਂ ਜਿਹੜਾ ਕਦੀ ਵਿਆਹ ਜਿਹੜਾ ਸਾਹਮਣੇ ਨਹੀਂ ਆਇਆ ਨਹੀਂ ਤੁਸੀਂ ਮੇਰੀ ਸਪੀਚਸ ਦੇਖ ਲਓ ਸਮੇ ਸਮੇਂ ਦੇ ਉਤੇ ਜਦੋਂ ਕਿਤੇ ਮਾਹੌਲ ਹੁੰਦਾ ਤੇ ਮੈਂ ਗੱਲ ਕਰਦਾ ਰਹਿਣਾ ਬੋਲਦਾ ਰਹਿਣਾ ਚਾਹੇ ਉਹ ਪੰਜਾਬ ਸਰਕਾਰ ਦੇ ਅਗੇਂਸਟ ਹੋਵੇ ਚਾਹੇ ਕੇਂਦਰ ਸਰਕਾਰ ਦੇ ਅਗੇਂਸਟ ਹੋਵੇ ਕਿਸੇ ਦੇ ਵੀ ਅਗੇਂਸਟ ਹੋਵੇ ਮੈਂ ਕਦੇ ਵੀ ਚਿਪੇ ਨਹੀਂ ਆ ਮੈਂ ਗੱਲ ਕੀਤੀ ਹੈ ਆਪਣੀਆਂ ਸਪੀਚਸ ਦੇ ਵਿੱਚ ਗੱਲ ਕੀਤੀ ਸਰਬਤ ਖਾਲਸਾ ਪੰਜਾਬ ਦੇ ਵਿੱਚ ਹੋਇਆ ਸੀ ਤੁਸੀਂ ਉਹ ਸਰਬਤ ਖਾਲਸਾ ਦੀ ਅਗਵਾਈ ਕਰਦੇ ਹੋ ਨੂੰ ਮੰਨਦੇ ਹੋ ਦੇਖੋ ਉਹਦੇ ਵਿੱਚ ਜੋ ਫੈਸਲੇ ਹੋਏ ਜੋ ਕੁਝ ਹੋਇਆ ਉਹਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਹੀ ਹੈ ਉਸ ਦਾ ਫੈਸਲਾ ਲਿਆ ਗਿਆ ਕਿ ਇਹ ਕਾਲ ਤੱਕ ਸਾਡਾ ਜਿਹੜਾ ਜੱਥੇਦਾਰ ਹੁਣ ਜੱਥੇਦਾਰ ਹਵਾਰਾ ਹੋ ਰਹੇ ਨੂੰ ਮੰਨਿਆ ਜਾਏਗਾ ਤੁਸੀਂ ਉਸ ਫੈਸਲੇ ਦੀ ਹਮਾਇਤ ਕਰ ਦਿਓ ਨਹੀਂ ਉਹਨਾਂ ਦਾ ਫੈਸਲਾ ਸੀਗਾ ਮੇਰੇ ਹਮਾਇਤ ਨਾ ਕਰਨਾ ਜਾਂ ਕਰਨ ਦੇ ਨਾਲ ਕੋਈ ਨਹੀਂ ਹੁੰਦਾ ਉਹਨਾਂ ਦਾ ਫੈਸਲਾ ਸੀ ਕੱਟ ਕੀਤਾ ਉਹਨਾਂ ਨੇ ਉਹਨਾਂ ਨੇ ਜੋ ਵੀ ਕੀਤਾ ਪਰ ਜਿਹੜਾ ਹੈਗਾ ਡੈਮੋਕਰੈਟਿਕ ਜਿਹੜਾ ਵਿਧਾਨ ਜੋ ਸਥਾਪਿਤ ਹੋਇਆ ਜਿੰਨਾ ਚਿਰ ਪੂਰੀ ਕੌਮ ਰਾਲ ਮਿਲ ਕੇ ਇਸ ਨੂੰ ਚੇਂਜ ਨਹੀਂ ਕਰਦੀ ਉਹਨਾਂ ਚ ਪਾਲਿਸੀ ਨਹੀਂ ਬਣਾਉਂਦੀ ਕਿ ਜੇਜ਼ੇਦਾਰ ਦੀ ਨਿਯੁਕਤੀ ਕਿਵੇਂ ਹੋਣੀ ਚਾਹੀਦੀ ਹੈ ਕਿ ਇਹਦੇ ਅਧਿਕਾਰ ਖੇਤਰ ਹੋਣੇ ਚਾਹੀਦੇ ਨੇ ਕੀ ਹੋਣਾ ਚਾਹੀਦਾ ਹੈ ਕਿ ਇਹਦੀ ਯੋਗਤਾ ਹੋਣੀ ਚਾਹੀਦੀ ਹੈ ਮੈਂ ਸਮਝਦਾ ਕਿ ਉਹਨਾਂ ਚਰਜੜਾ ਹੈਗਾ ਜੋ ਪ੍ਰਾਣਾ ਸਿਸਟਮ ਹੈ ਸਾਨੂੰ ਫੋਲੋ ਕਰਨੇ ਪੈਂਦੇ ਚੇਤੇਦਾਰ ਸਾਹਿਬ ਨੇ ਹਾਜੀ ਤੱਕ ਬੇਦਮੀ ਮਾਮਲੇ ਨੂੰ ਲਾ ਕੇ ਨਾ ਕੋਈ ਰੋਸ਼ ਪ੍ਰਗਟਾਇਆ ਨਾ ਕੋਈ ਆਪਣਾ ਜਿਹੜਾ ਲੈਟਰ ਜਾਰੀ ਕੀਤਾ ਨਾ ਹੀ ਕਿਸੇ ਨੂੰ ਤਲਬ ਕੀਤਾ ਇਹਦਾ ਮਤਲਬ ਕਹਿੰਦੇ ਦਾਲ ਚ ਕੁਛ ਕਾਲਾ ਹੈ ਜਥੇਦਾਰ ਸਾਹਿਬ ਜਿਹੜੇ ਨੇ ਉਹ ਕਈ ਆਪਣੀਆਂ ਅੱਖਾਂ ਬੰਦ ਕਰ ਰਹੇ ਨੇ ਉਹਨਾਂ ਨੂੰ ਸਭ ਕੁਝ ਪਤਾ ਮੈਂ ਹਮੇਸ਼ਾ ਇਹ ਗੱਲਾਂ ਕਹਿੰਦੇ ਰਹਿਣਾ ਜੀ ਬੇਅਦਮੀਆਂ ਮਾਮਲਿਆਂ ਬਾਰੇ ਵੀ ਸਾਰਿਆਂ ਬਾਰੇ ਵੀ ਉਹ ਖ਼ਬਰਾਂ ਚ ਵੀ ਸ਼ਬਦੀਆਂ ਰਹਿੰਦੀਆਂ ਨਹੀਂ ਕਹਿਣਾ ਹੋਰ ਉਹਨੂੰ ਕਰਕੇ ਦਿਖਾਣਾ ਤੇ ਜ਼ਮੀਨ ਆਸਮਾਨ ਦਾ ਫਰਕ ਹੈ ਫਰਕ ਇਹ ਹੁੰਦਾ ਵੀ ਕੋਈ ਮੇਰੀ ਸਟੇਟਮ ਜਿਹੜੀ ਹਾਈਲਾਈਟ ਹੋ ਜਾਂਦੀ ਹੈ ਵਿਦੇਸ਼ਾਂ ਦੇ ਦਰਤੇ ਤੱਕ ਪਹੁੰਚ ਜਾਂਦੀ ਹੈ ਕੋਈ ਉੱਥੇ ਡਿਸਟ੍ਰਿਕਟ ਤੱਕ ਹੀ ਰਹਿ ਜਾਂਦੀ ਹੈ ਕੋਈ ਪੰਜਾਬ ਤੱਕ ਰਹਿ ਜਾਂਦੀ ਹੈ ਕੋਈ ਇੰਡੀਆ ਤੱਕ ਰਹਿ ਜਾਂਦੀ ਹੈ ਪਰ ਹਮੇਸ਼ਾ ਹੀ ਮੈਂ ਹਰ ਮੁੱਦੇ ਦੇ ਉੱਤੇ ਬੋਲਿਆ ਹੈਗਾ ਗੁਰੂਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀ ਜਿਹੜੇ ਹੈ ਅਜੇ ਤੱਕ ਵੀ ਜਿਹੜਾ ਹੈ ਉਹ ਸਾਡੇ ਸਾਹਮਣੇ ਨਹੀਂ ਆਏ ਸਜਾਵਾਂ ਤਾਂ ਉਸ ਤੋਂ ਅਗਲਾ ਸਟੈਪ ਹੈਗਾ ਇਸ ਤੋਂ ਵੱਧ ਜਿਹੜੀ ਹੈ ਸਾਡੇ ਵਾਸਤੇ ਮਾੜੀ ਗੱਲ ਕੀ ਹੋ ਸਕਦੀ ਹੈ ਔਰ ਅਸੀਂ ਹਮੇਸ਼ਾ ਹੀ ਇਹੋ ਹੀ ਚਾਹੁੰਦੇ ਹਾਂ ਕਿ ਭਾਵੇਂ ਕੋਈ ਹੋਵੇ ਵੱਡੇ ਤੋਂ ਵੱਡਾ ਹੋਵੇ ਵੱਡੇ ਤੋਂ ਵੱਡਾ ਹੋਵੇ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੋਸ਼ੀ ਹੈ ਉਹ ਬੇਨਕਾਬ ਹੋਣਾ ਚਾਹੀਦਾ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਸ ਮੁੱਦੇ ਤੇ ਉੱਤੇ ਸਿਆਸਤ ਜਿਹੜੀ ਉਹ ਬਿਲਕੁਲ ਬੰਦ ਹੋਣੀ ਹੈ। ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਵੀ ਅਗਰ ਕੋਈ ਖਾਲਿਸਤਾਨ ਦੀ ਮੰਗ ਕਰਦਾ ਜਾਂ ਫਿਰ ਖਾਲਿਸਤਾਨ ਨਾਮ ਦੀ ਇਸ ਸ਼ਬਦ ਦੀ ਵਰਤੋਂ ਕਰਦਾ ਉਹਨੂੰ ਅਰੈਸਟ ਕਰ ਲਿਆ ਕਰ ਲਿੱਤਾ ਜਾਂਦਾ ਹੈ। ਜਥੇਦਾਰ ਨੇ ਕਦੀ ਉਹਨਾਂ ਦੇ ਲਈ ਬੈਕਿੰਗ ਨਹੀਂ ਕੀਤੀ, ਲੋਬੀ ਨਹੀਂ ਕੀਤੀ ਕਿ ਤੁਸੀਂ ਸਾਡੇ ਸਿੰਘਾਂ ਨੂੰ ਕਿਉਂ ਅਰੈਸਟ ਕੀਤਾ ਹੈ ਤਾਂ ਸਿਰਫ ਖਾਲਿਸਤਾਨ ਦੀ ਮੰਗ ਕਰਦੇ। ਖਾਲਿਸਤਾਨ ਦੀ ਮੰਗ ਸਹੀ ਹੈ ਜਾਂ ਗਲਤ? 6 ਜੂਨ ਨੂੰ ਇੱਕ ਮੈਨੂੰ ਪੁੱਛਿਆ ਸੀ ਮੀਡੀਆ ਨੇ ਕਿ ਜਿਹੜੇ ਬਾਹਰ ਨੌਜਵਾਨ ਜਿਹੜੇ ਆ ਉਹ ਨਾਰੇ ਲਾਉਂਦੇ ਆ ਕਿ ਉਹ ਜਾਇਜ਼ ਆ ਤਾਂ ਮੈਂ ਉਸ ਵਕਤ ਵੀ ਕਿਹਾ ਸੀ ਕਿ ਇਹ ਨਜਾਇਜ਼ ਨਹੀਂ ਹੈ। ਕਿਸ ਕਰਕੇ ਇਹ ਕਹਿਣਾ ਕਿ ਮੈਂ ਕੋਈ ਕੋਈ ਗੱਲ ਨਹੀਂ ਕੀਤੀ ਬਾਕੀ ਮੇਰੀ ਜਾਤੀ ਜਾਣਕਾਰੀ ਦੇ ਮੁਤਾਬਕ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਸੁਪਰੀਮ ਕੋਰਟ ਤੋਂ ਸ਼ਾਇਦ ਇੱਕ ਕੇਸ ਵੀ ਇੱਕ ਜੱਤਿਆ ਹੋਇਆ ਜਿਹਦੇ ਵਿੱਚ ਆਰਡਰ ਨਹੀਂ ਕਿ ਕੋਈ ਵੀ ਬੰਦਾ ਜਿਹੜਾ ਹੈ ਉਹ ਗੱਲ ਕਰ ਸਕਦਾ ਉਹਨੂੰ ਜਿਹੜਾ ਹੈ ਉਹ ਰਸਤਾ ਨਹੀਂ ਕੀਤਾ ਜਾ ਸਕਦਾ ਖਾਲਿਸਤਾਨ ਦੀ ਮੰਗ ਸਹੀ ਹੈ ਜਗਲ ਜੇ ਸਾਨੂੰ ਕੋਈ ਮੈਂ ਪਹਿਲਾਂ ਵੀ ਕਿਹਾ ਹੈਗਾ ਜੇ ਤੁਸੀਂ ਦੇਉਗੇ ਤੇ ਲੈ ਲਾਂਗੇ ਇਹ ਇਹ ਤਾਂ ਸਾਰਿਆਂ ਨੂੰ ਪਤਾ ਉਹਨਾਂ ਨੇ ਦੇਣਾ ਨਹੀਂ ਅਸੀਂ ਲੈ ਨਹੀਂ ਸਕਦੇ ਲੇਕਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੈਸ਼ਰ ਤਾਂ ਕ੍ਰੀਏਟ ਕਰ ਹੀ ਸਕਦੇ ਨੇ ਤੁਹਾਡੇ ਕੋਲ ਤਾਂ ਸਿੱਖ ਕੌਮ ਦੀ ਸਭ ਤੋਂ ਵੱਡੀ ਗੁਰੂ ਸਾਹਿਬ ਨੇ ਤੁਹਾਨੂੰ ਸੇਵਾ ਬਖਸ਼ੀ ਹੋਈ ਆ ਪਰ ਕਦੀ ਵੀ ਨਹੀਂ ਅਸੀਂ ਸੁਣਿਆ ਤੁਹਾਡੇ ਮੂੰਹ ਇਸੇ ਕਰਕੇ ਮੈਂ ਕਹਿੰਦਾ ਕਿ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਇੰਨਾ ਮਜ਼ਬੂਤ ਕਰਨਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਸਭ ਕਾਰਜ ਕਰ ਸਕੇ ਡਰ ਕੇ ਖੜਨਾ ਚਾਹੀਦਾ ਕੱਲ ਤੱਕ ਸਾਹਿਬ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਸਾਨੂੰ ਇਸ ਟਾਈਮ ਭਰਾ ਦੇਖ ਰਹੇ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਜੇ ਉਹ ਤੁਹਾਡੇ ਨਾਲ ਹਮਾਇਤ ਕਰਦੇ ਨੇ ਔਰ ਆਪਣੀ ਗੱਲ ਰੱਖਦੇ ਨੇ ਤੁਸੀਂ ਆਵਾਜ਼ ਬੁਲੰਦ ਕਰੋਗੇ ਕੱਲ ਤੱਕ ਸਾਹਿਬ ਵਿਖੇ ਅਸੀਂ ਭਰਾ ਹਾਂ ਸਾਰੇ ਮੈਂ ਪਾਕਿਸਤਾਨ ਦੇ ਵਿੱਚ ਵੀ ਮੈਂ ਇਹ ਸ਼ਬਦ ਜਿਹੜੇ ਆਨ ਸਟੇਜ ਗਏ ਸੀ ਕਿ ਵਿਚਾਰਧਾਰਾ ਸਾਡੀ ਇਹ ਵੱਖਰੀ-ਵੱਖਰੀ ਹੋ ਸਕਦੀ ਹੈ ਕਿਸੇ ਵੀ ਮੁੱਦੇ ਦੇ ਉੱਤੇ ਸਾਡੇ ਵਿਚਾਰ ਵੱਖਰੇ-ਵੱਖਰੇ ਹੋ ਸਕਦੇ ਆ ਲੇਕਿਨ ਅਸੀਂ ਭਰਾ ਹਾਂ ਤੇ ਭਰਾ ਇਕੱਠੇ ਬੈਠ ਸਕਦੇ ਆ ਗੱਲਬਾਤ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਐਨ ਆਰ ਆਈ ਭਰਾ ਵੀ ਸਮਝ ਲੈਣੇ ਕਿ ਫਕਰੇ ਕੌਮਦਾ ਅਵਾਰਡ ਜਿਹੜਾ ਹੈ ਅਕਾਲ ਤੱਕ ਸਾਹਿਬ ਦਾ ਜਥੇਦਾਰ ਨੂੰ ਵਾਪਸ ਲੈ ਲੈਣਾ ਚਾਹੀਦਾ ਔਰ ਉਹਦੀ ਜਿਹੜੀ ਹੈਗੇ ਵਿਰੋਧ ਕਰਨਾ ਚਾਹੀਦਾ ਜਿੰਨਾ ਚਿਰ ਦੇਖੋ ਕਿਸੇ ਨੇ ਕਹਿਤਾ ਕਿ ਆ ਫਲਾਣਾ ਬੰਦਾ ਦੋਸ਼ੀ ਹੈ ਜਿੰਨਾ ਚਿਰ ਕੋਈ ਉਹਦੇ ਦੋਸ਼ ਬਾਰੇ ਕੋਈ ਤੱਤ ਫੈਕਟ ਸਾਹਮਣੇ ਨਹੀਂ ਆਉਂਦਾ ਕੋਈ ਉਹਦੇ ਤੇ ਕੋਈ ਐਫ ਆਈ ਆਰ ਨਹੀਂ ਹੁੰਦੀ ਕੋਈ ਸਾਬਤ ਨਹੀਂ ਹੋ ਜਾਂਦਾ ਉਹਨਾਂ ਚਿਰ ਤੁਸੀਂ ਵੀ ਹੁਣ ਅਮਰੀਕਾ 'ਚ ਰਹਿੰਦੇ ਹੋ ਇੱਥੇ ਕੋਈ ਬੰਦੇ ਦੇ ਉੱਤੇ ਜਦੋਂ ਕੋਈ ਐਲੀਗੇਸ਼ਨ ਲੱਗਦਾ ਹੈਗਾ ਤੇ ਜਿਹੜਾ ਐਲੀਗੇਸ਼ਨ ਲਾਉਂਦਾ ਹੈ ਤੇ ਉਹਨੂੰ ਐਲੀਗੇਸ਼ਨ ਜਿਹੜਾ ਅਦਾਲਤ ਦੇ ਵਿੱਚ ਪ੍ਰੂਫ ਕਰਨਾ ਪੈਂਦਾ ਹੈਗਾ ਤੁਹਾਡੇ ਉੱਤੇ ਇੱਕ ਪੋਲਿਟੀਕਲ ਪ੍ਰੈਸ਼ਰ ਬਣਦਾ ਅਮਿਤ ਸ਼ਾਹ ਜੀ ਮੋਦੀ ਜੀ ਕਹਿੰਦੇ ਆ ਕਿ ਭਾਈ ਐਵੇਂ ਕਰ ਲੋ ਕੰਮ ਐਵੇਂ ਕਰ ਲੋ ਜਥੇਦਾਰ ਸਾਹਿਬ ਕਮਾਲ ਦੀ ਗੱਲ ਹੈ ਮਿਤੇ ਸ਼ਾਹ ਤੇ ਮੋਦੀ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਹਿਣ ਅਜੇ ਤੱਕ ਮੇਰੇ ਨੂੰ ਲੱਗਦਾ ਕਿ ਇਹ ਹਿੰਮਤ ਹੋਈ ਨਹੀਂ ਅੱਗੇ ਪਤਾ ਨਹੀਂਗਾ ਆਰਐਸਐਸ ਦੇ ਮਾਮਲੇ ਨਾਲ ਕਿ ਕੀ ਕਹਿਣਾ ਚਾਹੋਗੇ ਜਿਹੜੀ ਦਖਲਅੰਦਾਜ਼ੀ ਸਿੱਕੇ ਇਤਿਹਾਸ ਨਾਲ ਕਰਦੀ ਹੈ 2004 ਦੇ ਵਿੱਚ ਵੀ ਹੁਕਮਨਾਮਾ ਜ਼ਰੀਤਾ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਕੋਈ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਹਜ ਤੱਕ ਕੋਈ ਵੀ ਸਟੀਕ ਜਿਹੜਾ ਹੈਗਾ ਇੱਕ ਰੋਡਮੈਪ ਤਿਆਰ ਨਹੀਂ ਹੋਇਆ ਕਿ ਇਹਨੂੰ ਕਿਸ ਤਰੀਕੇ ਨਾਲ ਇਹਨਾਂ ਦੀ ਜਿਹੜੀ ਦਖਲਅੰਦਾਜ਼ੀ ਘਟ ਕੀਤੀ ਜਾਏ ਕੋ ਅਕਾਲ ਤਖਤ ਸਾਹਿਬ ਦਾ ਸੰਕਲਪ ਜਿਹੜਾ ਹੈ ਨਾ ਅੱਜ ਸਮਝਣ ਦੀ ਜ਼ਰੂਰਤ ਹੈ ਕਾਸਾ ਵਰਤੇ ਸਾਡੀ ਨੌਜਵਾਨ ਪੀੜੀ ਜਿਹੜੀ ਹੈ ਨਾ ਇਹਨਾਂ ਨੂੰ ਅਕਾਲ ਤਖਤ ਦੀ ਮਹੱਤਤਾ ਅਕਾਲ ਤਖਤ ਦਾ ਕਨਸੈਪਟ ਅਕਾਲ ਤਖਤ ਸਾਹਿਬ ਦਾ ਜਿਹੜਾ ਕਾਰਜ ਖੇਤਰ ਹੈ ਇਹ ਸਾਰੀਆਂ ਗੱਲਾਂ ਜਾਣਨ ਦੀ ਬੜੀ ਵੱਡੀ ਲੋੜ ਹੈ ਜ਼ਰੂਰਤ ਹੈ ਐਕਚੁਅਲੀ ਅਕਾਲ ਤਖਤ ਜਿਹੜਾ ਹੈ ਉਹ ਸਿੱਖ ਕੌਮ ਦਾ ਸਪੀਕਰ ਹੈ ਜਥੇਦਾਰ ਸਪੀਕਰ ਹੈ ਆ ਦਾ ਫੈਸਲੇ ਕੌਮਾਂ ਕਰਦੀਆਂ ਕੌਮਾਂ ਦੇ ਵਿਦਵਾਨ ਕਰਦੇ ਆ ਤੇ ਜਿਹੜੇ ਫੈਸਲੇ ਬਹੁਤ ਸੰਮਤੀ ਨਾਲ ਬਹੁ ਗਿਣਤੀ ਨਾਲ ਹੁੰਦੇ ਆ ਉਹਨਾਂ ਨੂੰ ਜਥੇਦਾਰ ਅਨਾਉਂਸ ਕਰਦਾ ਹੈ ਇੰਡੀਆ ਜਾ ਕੇ ਵਾਪਸ ਜਾਉਂਗੇ ਕਿਸਾਨੀ ਸੰਘਰਸ਼ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਜੋ ਸਰਕਾਰ ਚਾਹੁੰਦੀ ਹੈ ਕਿ ਸਾਡੇ ਅਰਗੇ ਧਾਰਮਿਕ ਲੋਕ ਉੱਥੇ ਜਾਣ ਤੇ ਅਸੀਂ ਉਹਨਾਂ ਨੂੰ ਇੱਕ ਰੰਗਤ ਦੇ ਸਕੀਏ ਅਸੀਂ ਕਿਉਂ ਉਹਨਾਂ ਦੀ ਮਨਸ਼ਾ ਨੂੰ ਪੂਰਾ ਕਰਾਂਗੇ ਹਾਂ ਠੀਕ ਹੈ ਨਾ ਜੀ ਤੇ ਮੇਰੀ ਮੇਰੀ ਕਿਸਾਨ ਆਗੂਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਚਰੂਨੀ ਨਾਲ ਗੱਲਬਾਤ ਰਾਜੇ ਵਾਲ ਨਾਲ ਗੱਲਬਾਤ ਹੋਰ ਜਿੰਨੇ ਵੀ ਹੈਗੇ ਆ ਸਾਰਿਆਂ ਨਾਲ ਗੱਲਬਾਤ ਹੁੰਦੀ ਹੈ ਸਾਰੇ ਮੇਰੇ ਕੋਲ ਆਉਂਦੇ ਨੇ ਕਹਿੰਦੇ ਪਹਿਲੀ ਵਾਰ ਹੋਏ ਬੈਠਦੇ ਆਂ ਔਰ ਗੱਲਾਂ ਬਾਤਾਂ ਵੀ ਕਰਦੇ ਆਂ ਇਹਦੀ ਵਿਉਂਤਬੰਦੀ ਵੀ ਕਰਦੇ ਆਂ ਸਾਰੇ ਮਤਲਬ ਸਾਰਾ ਕੁਝ ਕਰਦੇ ਆਂ ਮੀਟਿੰਗਾਂ ਹੁੰਦੀਆਂ ਸਾਡੀਆਂ ਅਖਬਾਰਾਂ ਚ ਵੀ ਆਉਂਦਾ ਅੱਜ ਫਲਾਣਾ ਕਿਸਾਨ ਆਗੂ ਅਕਲਤਖ ਸਾਹਿਬ ਤੇ ਮਿਲਣ ਆਇਆ ਅੱਜ ਫਲਾਣਾ ਕਿਸਾਨ ਆਗੂ ਦਮਦਮਾ ਸਾਹਿਬ ਮਿਲਣ ਆਇਆ ਖਬਰਾਂ ਛਪਦੀਆਂ ਰਹਿੰਦੀਆਂ ਤੇ ਜਦੋਂ ਕਿਸਾਨ ਆਗੂ ਜਿਹੜੇ ਉੱਥੇ ਅੰਦੋਲਨ ਕਰ ਰਹੇ ਨੇ ਤੇ ਜਦੋਂ ਮੇਰੇ ਕੋਲ ਆਉਂਦੇ ਨੇ ਤੇ ਸੰਭਵ ਹੈ ਕਿ ਅਸੀਂ ਕਿਸਾਨੀ ਅੰਦੋਲਨ ਦੀਆਂ ਗੱਲਾਂ ਕਰਦੇ ਆਂ ਉਹ ਘਰੇਲੂ ਬਾਰਤਾਲਾਪਤਾ ਕਰਦੇ ਨਹੀਂ ਆਂ ਬਾਕੀ ਜਿਹੜੀ ਤੁਸੀਂ ਆਰਐਸਐਸ ਦੀ ਗੱਲ ਕੀਤੀ ਹੈ 2004 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਆਦੇਸ਼ ਸੰਗਤਾਂ ਨੂੰ ਜਾਰੀ ਕੀਤਾ ਸੀ ਸਾਵਧਾਨ ਕਰਨ ਵਾਸਤੇ ਆ ਹੁਣ ਪਿੱਛੇ ਜਿਹੜਾ ਸੈਸ਼ਨ ਆਇਆ ਉਹਦੇ 'ਚ ਵੀ ਮੇਰੇ ਕਲਚਰੋਮੀ ਕਮੇਟੀ ਨੇ ਇੱਕ ਮਤਾ ਪਾਇਆ ਹੈਗਾ ਆਰਐਸਐਸ ਦੇ ਖਿਲਾਫ ਕਿ ਇਹ ਸਾਡੇ ਧਾਰਮਿਕ ਖੇਤਰ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਆ ਉਹ ਨਾ ਕਰੇ ਪਰ ਸਾਨੂੰ ਜਿਹੜਾ ਹੈ ਵਿਉਂਤਬੰਦੀਆਂ ਜਿਹੜੀਆਂ ਨਾ ਉਹ ਬਣਾਉਣੀਆਂ ਐਸੀਆਂ ਚਾਹੀਦੀਆਂ ਤਾਂ ਕਿ ਅਸੀਂ ਵਿਰੋਧੀ ਦੇ ਹਰ ਹਮਲੇ ਦਾ ਜਵਾਬ ਉਸੇ ਢੰਗ ਦੇ ਨਾਲ ਦੇ ਸਕੀਏ ਜਿਸ ਢੰਗ ਦੇ ਨਾਲ ਸਾਡੇ ਤੇ ਹਮਲਾ ਹੋਇਆ ਹੈ ਜੇ ਕੋਈ ਹਥਿਆਰ ਨਾਲ ਹਮਲਾ ਕਰਦਾ ਹੈ ਤੇ ਅਸੀਂ ਉਹਨੂੰ ਹਥਿਆਰ ਨਾਲ ਜਵਾਬ ਦਿੰਨੇ ਆ ਪਰ ਜੇ ਕੋਈ ਕੂਟਨੀਤਿਕ ਢੰਗ ਦੇ ਨਾਲ ਸਾਨੂੰ ਢਾਹ ਲਾਉਣ ਦਾ ਯਤਨ ਕਰ ਰਿਹਾ ਤੇ ਸਾਡਾ ਫਰਜ਼ ਬਣਦਾ ਹੈ ਕਿ ਕੂਟਨੀਤਿਕ ਢੰਗ ਦੇ ਨਾਲ ਹੀ ਉਹਨਾਂ ਦੇ ਹਮਲੇ ਨੂੰ ਰੋਕਿਆ ਜਾਏ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਵੀ ਮੌਕਾ ਵੇਖ ਕੇ ਦੇਖ ਲਿਆ ਹਣ ਕਾਂਗਰਸ ਨੇ ਵੀ ਮੌਕਾ ਵੇਖ ਕੇ ਦੇਖ ਲਿਆ ਕਿਹੜੀ ਪਾਰਟੀ ਜਿਹੜੀ ਆ ਉਹ ਆਵਾਜ਼ ਪੰਜਾਬ ਦੀ ਬੁਲੰਦ ਕਰ ਸਕਦੀ ਆ ਔਰ ਕਿਹੜੀ ਜਥੇਬੰਦੀ ਤੁਹਾਨੂੰ ਲੱਗਦੀ ਹੈ ਜਿਹੜੀ ਪੰਜਾਬ ਦੇ ਵਿੱਚ ਸਹੀ ਕੰਮ ਕਰ ਸਕਦੀ ਹੈ ਤੁਹਾਡੇ ਮੁਤਾਬਕ ਮੈਂ ਕਿਸੇ ਪਾਰਟੀ ਨੂੰ ਚੰਗਾ ਮਾੜਾ ਨਹੀਂ ਕਹਿ ਸਕਦਾ ਮੇਰੇ ਲਈ ਸਾਰੇ ਬਰਾਬਰ ਹੈ ਇਸ ਕਰਕੇ ਮੈਂ ਨਹੀਂ ਕਹਿ ਸਕਦਾ ਕਿ ਇਸ ਪਾਰਟੀ ਨੂੰ ਤੁਸੀਂ ਵੋਟਾਂ ਪਾਓ ਇਸ ਪਾਰਟੀ ਦੀ ਸਰਕਾਰ ਬਣਾਓ ਤੇ ਇਸ ਦੀ ਨਾ ਬਣਾਓ ਨਾ ਹੀ ਮੇਰਾ ਹਿੱਦਰ ਖੇਤਰ ਤੁਹਾਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਦੀ ਇੱਕ ਪਾਰਟੀ ਬਣਨੀ ਚਾਹੀਦੀ ਹੈ ਔਰ ਉਹ ਪੰਜਾਬ ਚ ਅਗਿਆਣੀ ਚਾਹੀਦੀ ਹੈ ਨਹੀਂ ਤਾਂ ਭਵਿੱਖ ਦੇ ਗਰਭ ਦੇ ਵਿੱਚ ਛੁਪਿਆ ਪਰ ਮੈਂ ਨਾ ਜਰੂਰ ਕਹਾਂਗਾ ਕਿ ਪੰਜਾਬ ਦੇ ਵਿੱਚ ਉਹ ਲੋਕਾਂ ਦੀ ਹੀ ਸੱਤਾ ਹੋਣੀ ਚਾਹੀਦੀ ਹੈ ਜਿਹੜਾ ਪੰਜਾਬ ਦੇ ਭਲੇ ਦੀ ਗੱਲ ਕਰਨ। ਪੰਜਾਬ ਦੇ ਭਲੇ ਦੀ ਗੱਲ ਕੌਣ ਕਰਦਾ? ਜੋ ਵੀ ਕਰ ਬਣੇ ਭਲੇ ਦੀ ਗੱਲ ਕਰੇ। ਜੋ ਚ ਕੋਣ ਕੋਣ ਭਲੇ ਦੀ ਗੱਲ ਕਰਨਾ ਜਾਣਦਾ ਉਹ ਬਣ ਜੇ ਜੀ। ਜੋ ਚ ਕੋਣ ਕੋਣ ਆਉਂਦਾ? ਮੈਂ ਤੁਹਾਨੂੰ ਦੱਸਿਆ ਕਿ ਪਾਰਟਿਕੂਲਰ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲੈ ਸਕਦਾ ਨਾ ਮੈਂ ਕਾਂਗਰਸ ਦਾ ਨਾਮ ਲੈ ਸਕਦਾ ਨਾ ਕਿਸੇ ਅਕਾਲੀ ਦਾ ਨਾਮ ਨਾ ਕਿਸੇ ਹੋਰ ਦਾ ਨਾਮ ਲੈ ਸਕਦਾ ਕਿਉਂਕਿ ਅ ਅਸੀਂ ਅ ਅਕਾਲ ਤਖਤ ਦਾ ਸਾਰੇ ਸਿੱਖਾਂ ਦਾ ਸਾਝਾ ਹੈ। ਅਸੀਂ ਵੀ ਸਾਝੇ ਹੈ। ਇਸ ਕਰਕੇ ਮੈਂ ਕਹਾਂ ਕਿ ਫਲਾਨੀ ਪਾਰਟੀ ਚੰਗੀ ਹੈ ਫਲਾਨੀ ਪਾਰਟੀ ਮਾੜੀ ਹੈ ਮੇਰੇ ਵਾਸਤੇ ਸ਼ੋਭ ਨਹੀਂ ਕਿ ਨਹੀਂ ਕਹਿੰਦੇ ਕਿ ਸਭ ਤੋਂ ਪਹਿਲਾਂ ਪਹਿਲੀ ਵਾਰ ਹੋਇਆ ਕਿ ਜਿਹੜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣਗੇ ਉਹ ਪੀ ਐਚ ਡੀ ਕਰ ਰਹੇ ਨੇ ਸੁਣਨ ਚਾਹ ਤੁਸੀਂ ਪੜਾਈ ਵੀ ਕਰ ਰਹੇ ਹੋ ਸੋ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਕਿ ਕਿੰਨਾ ਕਿ ਇੰਪੋਰਟੈਂਟ ਹੈਗਾ ਜੇ ਤੁਸੀਂ ਜਾ ਕੇ ਆਪਣੇ ਆਪ ਨੂੰ ਇਕਨੋਲਜ ਕਰਾਉਂਦੇ ਹੋ ਤੁਸੀਂ ਪੂਰਾ ਵਰਲਡ ਘੁੰਮਦੇ ਹੋ ਇੱਕ ਜਥੇਦਾਰ ਲਈ ਪੜਿਆ ਲਿਖਿਆ ਹੋਣਾ ਕਿੰਨਾ ਇੰਪੋਰਟੈਂਸ ਦਿੰਦੀ ਹੈ ਮੇਰੇ ਖਿਆਲ ਜੜੀਆਂ ਇਹ ਸਵਾਵਾ ਨੇ ਨਾ ਗੁਰੂ ਘਰਾਂ ਦੀਆਂ ਜੀ ਇਹਨਾਂ ਵਿੱਚ ਡਿਗਰੀਆਂ ਦੀ ਇੰਨੀ ਮਹੱਤਤਾ ਨਹੀਂ ਹੈ ਜੀ ਇੱਥੇ ਤਾਂ ਸੇਵਾ ਭਾਵ ਹੋਣਾ ਚਾਹੀਦਾ ਹੈ ਕੰਪ੍ਰੈਸੀ ਹੋਣੀ ਚਾਹੀਦੀ ਹੈ ਗੁਰੂ ਪ੍ਰਤੀ ਸਰਦਾ ਵਿਸ਼ਵਾਸ ਹੋਣਾ ਚਾਹੀਦਾ ਇਹ ਮੁੱਢਲੀ ਚੋਖਤਾ ਹੈ ਬਾਕੀ ਸੰਸਾਰ ਦਾ ਗਿਆਨ ਹੋਣਾ ਦੂਸਰੇ ਧਰਮਾਂ ਦੀ ਜਾਣਕਾਰੀ ਹੋਣੀ ਕਰੰਟ ਇਸ਼ੂਸ ਨੇ ਜਿਹੜੇ ਵਰਲਡ ਦੇ ਵਿੱਚ ਉਹਨਾਂ ਦੀ ਜਾਣਕਾਰੀ ਹੋਣੀ ਵਰਲਡ ਦੀ ਰਾਜਨੀਤੀ ਦੀ ਜਾਣਕਾਰੀ ਹੋਣੀ ਭਾਵੇਂ ਅਸੀਂ ਇਨਵੋਲਵ ਨਾ ਹੀ ਹੋਈਏ ਪੰਜਾਬ ਦੀ ਰਾਜਨੀਤੀ 'ਚ ਇੰਡੀਆ ਦੀ ਰਾਜਨੀਤੀ 'ਚ ਜਾਂ ਵਰਲਡ ਦੀ ਰਾਜਨੀਤੀ 'ਚ ਲੇਕਿਨ ਸਾਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਸੈਕੰਡ ਕਨ ਫਸਟ ਜਿਹੜਾ ਹੈ ਉਹ ਹੀ ਸੇਵਾ ਪਾਵਨਾ ਵਿਸ਼ਵਾਸ ਗੁਰੂ ਤੇ ਔਰ ਪੰਥ ਪ੍ਰਸਤ ਜਾਂਦੇ ਜਾਂਦੇ ਮੈਂ ਇੱਕ ਅਖੀਰਲਾ ਸਵਾਲ ਜਰੂਰ ਲੈਣਾ ਚਾਹਾਂਗਾ ਕਿਸ ਤਰੀਕੇ ਨਾਲ ਜਿਹੜਾ ਸਾਡਾ ਭਾਈਚਾਰਾ ਹੈ ਜਾਂ ਫਿਰ ਸਾਡੀ ਕੌਮ ਹੈ ਉਹ ਅਕਾਲ ਤਖ਼ਤ ਸਾਹਿਬ ਦੇ ਉੱਤੇ ਵਿਸ਼ਵਾਸ ਕਰੇ ਬਿਲਕੁਲ ਵਧੀਆ ਸਵਾਲ ਕੀਤਾ ਤੁਸੀਂ 18ਵੀਂ ਸਦੀ ਦੇ ਵਿੱਚ ਜਦੋਂ ਪੰਥ ਮੁਸ਼ਕਲਾਂ ਦੇ ਵਿੱਚ ਕਿਰਿਆ ਹੋਇਆ ਸੀ ਔਖੇ ਹਾਲਾਤ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ ਸਿਰਾਂ ਦੇ ਮੁੱਲ ਪੈਂਦੇ ਸੀ ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਗਵਾਈ ਕੀਤੀ ਬਖੋਬੀ ਅੰਗਰੇਜ਼ ਆਏ ਉਹਨਾਂ ਨੇ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਸ਼ਕਤੀ ਨੂੰ ਸਮਝਿਆ ਤਾਂ ਉਹਨਾਂ ਨੇ ਅਕਾਲ ਤਖਸਾਲ ਸਾਹਿਬ ਦੀ ਤਾਕਤ ਨੂੰ ਡੈਮੇਜ ਕਰਨ ਦੇ ਲਈ ਬਿਆੰਦਬੰਦੀਆਂ ਲਿਖੀਆਂ ਕਾਮਯਾਬੀ ਹੋਏ ਫਿਰ 47 ਦੇ ਵਿੱਚ ਜਦੋਂ ਪਾਰਟੀਸ਼ਨ ਹੋਈ ਹੈ ਉਦੋਂ ਬਾਅਦ ਫਿਰ ਜਿਹੜੀ ਮੌਜੂਦਾ ਹਕੂਮਤ ਸੀ ਉਹਨੂੰ ਵੀ ਇਹ ਲੱਗਣ ਲੱਗਿਆ ਕਿ ਹਿੰਦੁਸਤਾਨ ਦੀ ਅਖੰਡਤਾ ਬਣੀ ਰਹਿਣੀ ਚਾਹੀਦੀ ਹੈ ਮ ਬਾਰ ਬਾਰ ਹਿੰਦੁਸਤਾਨ ਸ਼ਬਦ ਵਰਤਦਾ ਹੈ ਹਿੰਦੁਸਤਾਨ ਦਾ ਮਤਲਬ ਹਿੰਦੂਆਂ ਦਾ ਮੁਲਕ ਨਹੀਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਗੁਰਬਾਣੀ 'ਚ ਹਿੰਦੁਸਤਾਨ ਹੀ ਲਿਖਿਆ ਔਰ ਕੀ ਹੱਥੇ ਆਈ ਜਾ ਰਿਹਾ ਜਥੇਦਾਰ ਸਾਹਿਬ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਹਿੰਦੂ ਰਾਸ਼ ਜਿਹੜਾ ਉਹਨਾਂ ਦਾ ਏਜੰਡਾ ਉਹ ਪੂਰਾ ਹੋ ਰਿਹਾ ਔਰ ਤੁਹਾਨੂੰ ਲੱਗਦਾ ਹੈ ਕਿ ਉਹ ਪੂਰਾ ਹੋਏਗਾ ਮੈਨੂੰ ਤਾਂ ਲੱਗਦਾ ਨਹੀਂ ਹੈ ਜਿਸ ਕਿਸਮ ਦੇ ਹਾਲਾਤ ਰਾਜਨੀਤਿਕ ਬਣੇ ਹੋਏ ਆ ਤੇ ਚਲੋ ਉਹ ਹਿੰਦੂ ਰਾਸ਼ ਬਣਾਉਣ ਫਿਰ ਜੋ ਉਹ ਬਣਾਉਣਗੇ ਫਿਰ ਅਸੀਂ ਵੀ ਸਿਕ ਰਾਸ਼ਟਰ ਬਣਾਵਾਂਗੇ ਇੱਕ ਬਹੁਤ ਵੱਡੀ ਗੱਲ ਇੱਥੇ ਗਈ ਹੈ ਕਿ ਜੇਕਰ ਉਹ ਹਿੰਦੂ ਰਾਸ਼ ਬਣਾਉਂਦੇ ਹਨ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੱਡੀ ਗੱਲ ਇੱਥੇ ਕਹਤੀ ਹੈ ਕਿ ਅਸੀਂ ਵੀ ਆਪਣਾ ਫਿਰ ਰਾਸ਼ ਬਣਾਵਾਂਗੇ ਤੇ ਤੁਸੀਂ ਅਗਵਾਈ ਕਰੋਗੇ ਸਰਾਸ਼ ਦੀ ਅਸੀਂ ਧਾਰਮਿਕ ਆਗੂ ਆਂ ਰਾਜਨੀਤਿਕ ਤੌਰ ਤੇ ਅਗਵਾਈ ਕਰਨੀ ਰਾਸ਼ੀ ਆਗੂਆਂ ਦਾ ਕੰਮ ਐਡਵਾਈਜ਼ਰ ਬਣੋਗੇ ਨਹੀਂ ਨਹੀਂ ਮੈਂ ਹੁਣ ਚੀਫ ਮਿਨਿਸਟਰ ਮੈਂ ਕਿਤੇ ਉਹਨਾਂ ਦਾ ਐਡਵਾਈਜ਼ਰ ਆ ਜਾਂ ਅਕਾਲ ਤਖਤ ਦਾ ਜ਼ਹੀਰਦਾਰ ਕਿਤੇ ਮੁੱਖ ਮੰਤਰੀਆਂ ਦਾ ਐਡਵਾਈਜ਼ਰ ਹੁੰਦਾ ਇਸ ਕਰਕੇ ਇਹ ਗੱਲਾਂ ਕਰਨੀਆਂ ਕਿ ਹਿੰਦੂ ਰਾਸ਼ਟਰ ਬਣਾ ਰਹੇ ਆ ਫਲਾਣਾ ਬਣਾ ਰਹੇ ਆ ਸਾਰੀਆਂ ਨਰਮੂਲ ਹੈਗੀਆਂ ਫਿਰ ਅੱਜ ਉਹ ਹਿੰਦੂ ਰਾਸ਼ਟਰ ਬਣਾਉਣਗੇ ਕੱਲ ਨੂੰ ਫਿਰ ਉੱਥੇ ਜਿਹੜੇ 25 ਕਰੋੜ ਮੁਸਲਮਾਨ ਹੈ ਉਹ ਵੱਖਰਾ ਰਾਸ਼ਟਰ ਬਣਾਉਣਗੇ ਫਿਰ ਅਸੀਂ ਵੀ ਵੱਖਰਾ ਰਾਸ਼ਟਰ ਬਣਾਵਾਂਗੇ ਫਿਰ ਉੱਥੇ ਜੈਨੇ ਵੀ ਵੱਖਰਾ ਰਾਸ਼ਟਰ ਬਣਾਉਣਗੇ ਬੋਧੀ ਵੀ ਵੱਖਰਾ ਰਾਸ਼ਟਰ ਬਣਾਉਣਗੇ ਕਿਉਂਕਿ ਇੱਕੋ ਹਿੰਦੁਸਤਾਨ ਦੇ ਵਿੱਚ ਤਾਂ ਸਾਰੀਆਂ ਕੌਮਾਂ ਵਸਦੀਆਂ ਨੇ ਨਹੀਂ ਉਹ ਬਣਾਉਣਾ ਬਣਾਣ ਉਹਦੇ ਵਿੱਚ ਕੋਈ ਗੱਲ ਨਹੀਂ ਲੇਕਿਨ ਜੇ ਉਹ ਬਣਾਉਂਦੇ ਤੁਸੀਂ ਬਣਾਓਗੇ ਕੌਣ ਜੇ ਹਿੰਦੂ ਰਾਸ਼ਟਰ ਬਣਦਾ ਤੁਸੀਂ ਬਣਾਓਗੇ ਫਿਰ ਸਾਰੇ ਬਣਾਉਣਗੇ ਇਕੱਲੇ ਅਸੀਂ ਕਿਉਂ ਫੇ ਮੁਸਲਮਾਨ ਨਹੀਂ ਸੋਚਣਗੇ ਜੈਨੀ ਨਹੀਂ ਸੋਚਣਗੇ ਬੋਧੀ ਨਹੀਂ ਸੋਚਣਗੇ ਨਹੀਂ ਪਹਿਲਾਂ ਤੁਸੀਂ ਸਿੱਖਾਂ ਦੀ ਅਗਵਾਈ ਕਰਦੇ ਹੋ ਤੁਸੀਂ ਉਸ ਅਗਵਾਈ ਦੇ ਵਿੱਚ ਸਭ ਤੋਂ ਅੱਗੇ ਖੜੇ ਹੋਵੋਗੇ ਦੇਖੋ ਜਦੋਂ ਉਹ ਬਣਾਉਣਗੇ ਅਜੇ ਤਾਂ ਗੱਲਾਂ ਬਾਤਾਂ ਹੀ ਆ ਨਾ ਹਾਲਾਤ ਜਿਹੜੇ ਆ ਉਹ ਬੰਗਾਲ ਚ ਕੀ ਹੋ ਗਿਆ ਤੁਸੀਂ ਦੇਖਿਆ ਹੀ ਹੈ ਇਸ ਕਰਕੇ ਭਵਿੱਖ ਦਾ ਜਿਹੜਾ ਹੈ ਉਹ ਪਤਾ ਨਹੀਂ ਹੁੰਦਾ ਬੰਦਾ ਸੋਚਦਾ ਹੈ ਕਿ ਮੈਂ ਬਹੁਤ ਵੱਡਾ ਮਹਿਲ ਬਣਾਉਂਗਾ ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਜ਼ਮੀਨ ਪੈਰਾਂ ਹੇਠਲੀ ਵੀ ਗਾਇਬ ਹੋ ਜਾਂਦੀ ਠੀਕ ਹੈ ਸੋ ਐਸੀ ਕਿ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਐਕਟਿੰਗ ਜਥੇਦਾਰ ਅਕਾਲ ਤਖਤ ਸਾਹਿਬ ਔਰ ਜਿਨ੍ਹਾਂ ਨੇ ਕਈ ਸਾਰੇ ਸਵਾਲਾਂ ਦੇ ਉੱਤੇ ਜਵਾਬ ਦਿੱਤੇ ਔਰ ਤੁਸੀਂ ਇਸ ਇੰਟਰਵਿਊ ਦੇ ਰਾਹੀਂ ਸੁਣਿਆ ਵੀ ਹੋਣਾ ਜੇਕਰ ਤੁਹਾਡਾ ਕੋਈ ਸਵਾਲ ਹੈ ਤੁਸੀਂ ਮੈਨੂੰ ਹਰਕੀਰਤ@justbroadcasting.com ਦੇ ਉੱਤੇ ਲਿਖ ਕੇ ਭੇਜ ਸਕਦੇ ਹੋ ਔਰ ਅਸੀਂ ਜ਼ਰੂਰ ਇੱਥੇ ਜਿਹੜਾ ਇਹ ਜਵਾਬ ਹੈਗੇ ਨੇ ਅਸੀਂ ਜਥੇਦਾਰ ਸਾਹਿਬ ਹੋਰਾਂ ਤੋਂ ਪੁੱਛਾਂਗੇ ਨਿਊਯਾਰਕ ਦੇ ਵਿੱਚ ਤੁਸੀਂ ਆਏ ਹੋ ਗੁਰੂ ਤੇਗ ਬਹਾਦਰ ਸਾਹਿਬ ਦੀ 4 420 ਜਿਹੜੀ ਸ਼ਤਾਬਦੀ ਹੈਗੀ ਆ ਉਹ ਬਾਬਾ ਮੱਖਣ ਸ਼ਾਹ ਲੁਬਾਨਾ ਸਿਕਸ ਸੈਂਟਰ ਵਿਖੇ ਮਨਾਈ ਗਈ ਔਰ ਬਾਬਾ ਮੱਖਣ ਸ਼ਾਹ ਸਿਕਸ ਸੈਂਟਰ ਦੀ ਸਮੂਚੀ ਜਿਹੜੀ ਜਥੇਬੰਦੀਆਂ ਹਨ ਉਹ ਵੀ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਸੀਗੀ ਕੀ ਕਹਿਣਾ ਚਾਹਾਂਗੇ ਜਾਂਦੇ ਜਾਂਦੇ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਅੱਲਾਸਾਨੀ ਹੈ ਅਦੁੱਤੀ ਹੈ ਉਹਨਾਂ ਦਾ ਇਤਿਹਾਸ ਬੜਾ ਸ਼ਾਨਮਤ ਹੈ ਮਾਨਮਤ ਹੈ ਔਰ ਅਸੀਂ 400 ਸਾਲਾਂ ਪ੍ਰਕਾਸ਼ ਪੁਰਬ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਹੇ ਆ ਪੈਨਡੈਮਿਕ ਦਾ ਦੌਰ ਹੈ ਭਾਵੇਂ ਵੱਡੇ ਕੱਟ ਜਿਹੜੇ ਅਸੰਭਵ ਨਹੀਂ ਹੋ ਸਕੇ ਪਰ ਫਿਰ ਵੀ ਅਸੀਂ ਸਾਰਾ ਸਾਲ ਸ਼ਤਾਬਦੀ ਮਨਾਉਣੀ ਹੈ ਪ੍ਰਕਾਸ਼ ਪੁਰਬ ਮਨਾਉਣਾ ਹੈ ਅੱਜ ਜ਼ਰੂਰਤ ਹੈ ਕਿ ਗੁਰੂ ਸਾਹਿਬ ਦੇ ਫਲਸਫੇ ਤੋਂ ਉਹਨਾਂ ਦੇ ਸ਼ਹਾਦਤ ਦਾ ਜਿਹੜਾ ਵੱਡਾ ਪੱਖ ਹੈ ਉਹਨਾਂ ਨੇ ਮਨੁੱਖਤਾ ਲਈ ਸ਼ਹਾਦਤ ਦਿੱਤੀ ਹੈ ਜ਼ਬਰ ਜ਼ੁਲਮ ਦੇ ਖਿਲਾਫ ਸ਼ਹਾਦਤ ਦਿੱਤੀ ਹੈ ਉਹਨਾਂ ਨੇ ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ ਸ਼ਹਾਦਤ ਦਿੱਤੀ ਹੈ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਇਹ ਗੱਲਾਂ ਜੜੀਆਂ ਉਹ ਸਿਖਾਉਣ ਦੀ ਬੜੀ ਜ਼ਰੂਰਤ ਹੈ ਬੜੀ ਜ਼ਰੂਰਤ ਹੈ ਬਿਲਕੁਲ ਸੋ ਅ ਜਿਹੜੀ ਸ਼ਹਾਦਤ ਦੀ ਵੀ ਗੱਲ ਇੱਥੇ ਕੀਤੀ ਗਈ ਗੁਰਤੇਗ ਬਹਾਦਰ ਸਾਹਿਬ ਦੀ ਕਈ ਸਾਰੇ ਹੋਰ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਗਏ ਔਰ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਤੁਸੀਂ ਜਰੂਰ ਆਪਣੇ ਫੀਡਬੈਕ ਮੈਨੂੰ harkeerat@justbroadcasting.com ਦੇ ਉੱਤੇ ਪੇਸ਼ ਸਕਦੇ ਹੋ ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 6466397320 ਦੇ ਉੱਤੇ ਇਸੇ ਤਰੀਕੇ ਨਾਲ ਅਸੀਂ ਹਰ ਐਤਵਾਰ ਨੂੰ ਲੈ ਕੇ ਆਵਾਂਗੇ ਤੁਹਾਡੇ ਮਸਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਸਾਂਝੇ ਮਸਲੇ ਵਿਦ ਮੀ ਹਰਕੀਰਤ ਸਿੰਘ ਆਲੂਵਾਲੀਆ ਐਂਡ ਜਥੇਦਾਰ ਅਕਾਲ ਤਖਤ ਸਾਹਿਬ ਐਕਟਿੰਗ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ